sevgili Kurmanlarımızın kurduğumuzu kirpar tabiyemini yardım bakmıştır. Onu yardım bak kesinlikle parçalarını temel yapılan insanı kütüleyemem. Onlar dediğinde tarih programı yaratılır dindire bir sanki patanı soğuk vardı. Sülleyi pandalar divan halde ve kesinlikle parçalarını tasiri mücadan ansar ağabeyine ਨਰੋਲ ਗੁਰਬਾਣੀ ਦੇ ਕੀਰਤਨ ਸਰਵਨ ਕੀਤੇ ਹਨ। ਮਾਂ ਦਾ ਜਿਹੜਾ ਪਿਆਰ ਹੁੰਦਾ ਹੈ ਇਹ ਬੱਕੀ ਥਾਂ ਤੋਂ ਪੈਦਾ ਹੁੰਦਾ ਹੈ। ਅਕਬਰ ਪਾਤਸ਼ਾਹ ਜੀ ਦੇ ਮਾਤਾ ਜੀ ਜਦੋਂ ਪੂਰੇ ਹੋ ਗਏ ਆਣ ਕੇ ਵਜ਼ੀਰ ਪੁੱਛਣ ਲੱਗੇ ਵਾਹਿਗੁਰੂ ਜੀ ਕੀ ਫਤਿਹ।
अजप्पा माता चंद्र कौर जी जिन्हों का कुछ समा पहला जिस संसार तो चला अंदर आप देखे नरेंद्र जी के माता जी धरती ने और धनवीर जी के धरती जी ਜਿੰਦਰ ਕੌਰ ਜੀ ਸਰਦਾ ਦੇ ਤੁਰਪੇਟ ਕਰਨ ਵਾਲੇ ਆਏ ਸਾਥੀ ਹੁੰਦਾ ਗੱਡੀ ਦਾ ਭਰਸਾ ਹੈ ਗੱਡੀ ਜਿਹੜਾ ਵੀ ਇਨਸਾਨ ਇਸ ਸਮਾਜ 'ਚ ਹੁੰਦਾ ਹੈ ਉਹ ਜਦੋਂ ਜਾਂਦਾ ਹੈ ਤੇ ਆਪਾਂ ਦੇਖਣਾ ਹੁੰਦਾ ਹੈ ਸਰਦਾ ਦਾ ਅਸਲ 'ਚ ਮਤਲਬ ਹੁੰਦਾ ਹੈ ਕਿ ਜੇ ਉਸ ਇਨਸਾਨ ਨਾਲ ਉਸ ਪਰਿਵਾਰ ਨਾਲ ਜਿਹੜੇ ਤੁਹਾਡੇ ਸੰਬੰਧ ਨੇ ਉਹ ਜੋ ਕੁਛ ਤੁਸੀਂ ਦੇਖਿਆ ਹੈ ਜੋ ਇਨਸਾਨ ਜਿਹੜਾ ਹੈ ਉਹ ਆਪਣੇ ਲਈ ਜੀ ਕੇ ਗਿਆ ਹੈ ਪਰਿਵਾਰ ਲਈ ਗਿਆ ਹੈ ਜਾਂ ਸਮਾਜ ਲਈ ਕੁਛ ਕਰਕੇ ਗਿਆ। ਅੱਜ ਆਪਾਂ ਸਾਰੇ ਮਾਤਾ ਜਗਿੰਦਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਸਾਰੇ ਹੀ ਹਮਦਰਦੀ ਪ੍ਰਗਟ ਕਰਨ ਲਈ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਪਰਮਾਤਮਾ ਵਾਲੀ ਅਰਦਾਸ ਬੇਨਤੀ ਕਰਨ ਵਾਸਤੇ ਇਕੱਠਰ ਹੋਏ ਹਾਂ। ਜੇ ਮੈਂ ਮਾਤਾ ਜੀ ਦੇ ਪਿਛੋਕੜ ਵਾਲੇ ਜਾਵਾਂ ਪਿਛਲੇ ਹਿਸਟਰੀ ਵਾਲੇ ਜਾਵਾਂ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਉਹ ਪਰਿਵਾਰ ਆ ਜਿਹਨੇ ਹਮੇਸ਼ਾ ਹੀ ਕੁਰਬਾਨੀਆਂ ਕੀਤੀਆਂ ਨੇ। ਸਾਰੇ ਵਾਹਿਗੁਰੂ ਜੀ ਜੀ ਦੇ ਵਿੱਚ ਸਾਰੇ ਪਤਰੀ ਸਾਰੇ ਸਾਥ ਜੋ ਅੱਜ ਆਪਣਾ ਮਾਤਾ ਜੋਗਿੰਦਰ ਸਿੰਘ ਜੀ ਦੀ ਆਪਣੀ ਕਿਤਾਬ ਦੇ ਵਿੱਚ ਸ਼ਾਮਲ ਹੋਏ ਹਨ ਔਰ ਸਾਰੇ ਜਿਹੜੇ ਪਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਸਮੇਂ ਪਹਿਲੇ ਜੋ ਮਾਤਾ ਜੋਗਿੰਦਰ ਸਿੰਘ ਆਪਾਂ ਨੂੰ ਵਿਛੋੜਾ ਦੇ ਗਏ ਉਹਨਾਂ ਉਹ ਉਸ ਪਰਿਵਾਰ ਚੋਂ ਕਸ਼ਮੀਰ ਸਿੰਘ ਜੀ ਦੇ ਪਰਿਵਾਰ ਚੋਂ ਹੀ ਅੱਜ ਅਸੀਂ ਸਾਡੇ ਮਾਤਾ ਜਗਿੰਦਰ ਕੌਰ ਜੀ ਦੀ ਅੰਤਰ ਅਰਦਾਸ ਵਿੱਚ ਇਕੱਤਰ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬੀਬੀ ਵੀਰ ਜੀ ਗੁਰਦੁਆਰੇ ਪਹੁੰਚੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਇਹ ਪਰਿਵਾਰ ਬਹੁਤ ਹੀ ਗੁਰੂ ਘਰ ਮੰਨਣ ਵਾਲਾ ਸਰਦਾਰ ਜਸਵੀਰ ਸਿੰਘ ਜੀ ਹੈ ਵੀਰ ਦਾਦਾ ਜੀ ਜਿਹੜੇ ਕਿ ਬਹੁਤ ਲੰਬਾ ਸਮਾਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਪ੍ਰਧਾਨ ਹੈ ਔਰ ਉਹਨਾਂ ਨੇ ਲਗਨ ਦੇ ਨਾਲ ਜਿੱਥੇ ਸਮਾਜ ਦੀ ਸੇਵਾ ਕੀਤੀ ਉੱਥੇ ਘਰ ਦੁਕਾਨਾਂ ਦੀ ਸੇਵਾ ਕੀਤੀ। ਮੈਂ ਸਮਝਦਾ ਵੀ ਉਸ ਫਲ ਦਾ ਹੀ ਵਾਹਿਗੁਰੂ ਨੇ ਇਹਨਾਂ ਨੂੰ ਫਲ ਦਿੱਤਾ ਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਤਰੱਕੀ ਕੀਤੀ ਆ। ਸੰਗਤ ਵੀ ਆਇਆ ਜਿਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਸੰਗਤ ਦਾ ਯਤਨ ਕੀਤਾ ਉਹਨਾਂ ਦਾ ਧੰਨਵਾਦ
ਸੁਰਤਾਂ ਦੇ ਪ੍ਰੀਤ ਪਰਮਾਤਮਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਨੀ ਆਗੂ ਬਖਸ਼ੀ ਸੀ ਉਨੀ ਆਗੂ ਹੋ ਕੇ ਸੱਚੇ ਪਾਤਸ਼ਾਹ ਜੀ ਕਰਨਾ ਜਾਪਦਾ ਜੀ ਸੰਤ ਸ੍ਰੀ ਜਨਾਂ ਉਹਨਾਂ ਦੇ ਨਿਮਿਤ ਸਾਰੇ ਪਰਿਵਾਰ ਨੇ ਰੰਗ ਦੇ ਜਿੰਦਰੇ ਸੰਤ ਮਾਤਾ ਨੂੰ ਭੋਗ ਪਾ ਕੇ ਖੁੱਲ੍ਹੇ ਪੰਡਾਲਾਂ ਦੀ ਮਾਨ ਹਾਲ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੱਸੀ ਵੀ ਮਰਜ਼ਾਦਾ ਅਨੁਸਾਰ ਆਪ ਜੀ ਨੇ ਨਰੋਲ ਗੁਰਬਾਣੀ ਦੇ ਕੀਰਤਨ ਸਰਵਨ ਕੀਤੇ ਹਨ। ਮਾਂ ਦਾ ਜਿਹੜਾ ਪਿਆਰ ਹੁੰਦਾ ਹੈ ਇਹ ਬੱਕੀ ਥਾਂ ਤੋਂ ਪੈਦਾ ਹੁੰਦਾ ਹੈ। ਅਕਬਰ ਪਾਤਸ਼ਾਹ ਜੀ ਦੀ ਮਾਤਾ ਜੀ ਦੇ ਪੂਰੇ ਹੋ ਗਏ ਆਣ ਕੇ ਵਜ਼ੀਰ ਪੁੱਛਣ ਲੱਗੇ ਬਾਦਸ਼ਾਹ ਸਲਾਮ ਆਪ ਜੀ ਦੇ ਕੋਲ ਧੰਨ ਦੌਲਤ ਅਤੇ ਗਿਆਨ ਪੁੱਤਰ ਹਰ ਇੱਕ ਬੰਦੂ ਆਪ ਜੀ ਦੇ ਪਾਸ ਹੈ, ਫਿਰ ਵੀ ਤੁਸੀਂ ਇੰਨੇ ਕਿਉਂ ਉਦਾਸ ਬੈਠੇ ਹੋ? ਬਾਦਸ਼ਾਹ ਨੇ ਕਿਹਾ ਠੀਕ ਹੈ ਧੰਨ ਦੌਲਤ ਗਿਆਨ ਪੁੱਤਰ ਮੇਰੇ ਪਾਸ ਹੈ, ਪਰ ਜਿੱਦਣ ਦੇ ਮਾਤਾ ਜੀ ਪੂਰੇ ਹੋ ਗਏ ਹਨ ਇੱਕ ਬੜੀ ਪਿਆਰੀ ਚੀਜ਼ ਮੈਨੂੰ ਪੁੱਛੀ ਉਹ ਕਿਹੜੀ ਕੀ ਖੁਸ਼ੀ ਜੋ ਮਾਂ ਆਵਾਜ਼ ਮਾਰਦੀ ਸੀ। ਠੀਕ ਹੈ ਤੁਸੀਂ ਪਾਤਸ਼ਾਹ ਸਲਾਮ ਕਹਿ ਕੇ ਆਵਾਜ਼ ਮਾਰਦੇ, ਪਿਤਾ ਧੀਆਂ ਪੁੱਤਰ ਪਿਤਾ ਜੀ ਕਹਿ ਕੇ ਆਵਾਜ਼ ਮਾਰਦੇ ਹਨ, ਜੋ ਮਾਂ ਆਵਾਜ਼ ਮਾਰਦੀ ਅੱਕੂ ਕਹਿ ਕੇ ਆਵਾਜ਼ ਮੇਰੇ ਮਾਰਦੀ ਸੀ ਉਹ ਕੰਨਾਂ ਨੂੰ ਮੈਨੂੰ ਇੰਨੀ ਪਿਆਰੀ ਲੱਗ ਮੈਂ ਦੱਸ ਨਹੀਂ ਸਕਦਾ। ਸੋ ਗੁਰੂ ਰੂਪ ਸਰ ਮਾਂ ਦਾ ਇੰਨਾ ਪਿਆਰ ਹੁੰਦਾ ਹੈ ਮਾਂ ਪੁੱਤ ਦਾ। ਸੋ ਹੁਣ ਕੀਰਤਨ ਦੀ ਸਮਾਪਤੀ ਹੈ, ਸਮਾਪਤੀ ਦਾ ਸ਼ਬਦ ਪੜ੍ਹ ਕੇ ਮਨ ਸਮਝੀ ਪਾ ਕਦੋਂ ਬੇਨੰਤੀ ਸਨਾ ਗੁਰਮੇਲ ਕਾ ਸਵਾਰੇ ਗੁਰਮੇਲ
Yeah.
Krishna
ਉੱਚੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਦਾ ਜੈ ਜੈਕਾਰ ਬੋਲੋ ਜੀਵਾਂਗੇ ਗੁਰੂ ਸਿੱਖਾਂ ਦਾ ਮਾਨੀਵਾ ਮਤ ਜੀਵਾ ਦੇ ਆ ਕੇ ਆਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੋੜਿਆ ਗਿਆ ਤੇ ਜੀ ਖੁੱਲੇ ਦਰਸ਼ਨ ਦੀਦਾ ਤੇ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ੋ ਇਹ ਨਿਰਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਧੰਨ 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 ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਸਾਧ ਸੰਗਤ ਦੀ ਅਰਦਾਸ ਬੇਨਤੀ ਹੈ ਦਰਜ ਕੇ ਪ੍ਰਵਾਨ ਕਰਨੀ ਆਪ ਜੀ ਦੀ ਬਖਸ਼ਿਸ਼ ਜਿਹਾ ਜੀ ਲਿਖਿਆ ਜਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਹਾਲ ਵਿਖੇ ਸਤਿਗੁਰੂ ਜੀ ਸ਼ਬਦ ਕੀਰਤਨ ਹੋਏ ਗੁਰਮੁਖ ਵਿਚਾਰਾਂ ਹੋਈਆਂ ਕਿਰਪਾ ਕਰਨੀ ਆਪ ਜੀ ਦੇ ਹਜ਼ੂਰ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਹੋਈਆਂ ਤਰੁੱਟੀਆਂ ਬਖਸ਼ ਲੈਣੀਆਂ ਅੱਗੇ ਤੋਂ ਸਮਾਤਾ ਆਪਦੇ ਚਰਣਾਂ ਦਾ ਪਿਆਰ ਬਖਸ਼ਿਸ਼ ਕਰਨਾ ਜੀ ਗੁਰਬਾਣੀ ਦਾ ਫਲ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ ਸਤਿਗੁਰੂ ਦੀ ਕਿਰਪਾ ਕਰਨੀ ਮਾਤਾ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਵਾਸਾ ਬਖਸ਼ਿਸ਼ ਕਰਨਾ 84 ਦੇ ਗੇੜ ਤੋਂ ਬਚਾਉਣਾ ਮਗਰ ਸਮੂਹ ਪਰਿਵਾਰ ਦੇ ਸੀਸ 'ਤੇ ਮਿਹਰਾਂ ਭਰੇ ਹੱਥ ਰੱਖਣੇ ਤੰਦਰੁਸਤੀਆਂ ਦੀ ਦਾਤ ਚੜ੍ਹਦੀ ਕਲਾ ਦੇਹ ਆਰੋਗਤਾ ਬਖਸ਼ਿਸ਼ ਕਰਨੀ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨੇ ਤਨੇਮ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਰੁਮਾਲੇ ਸਹਿ ਸਮਰਪਣ ਇਸੇ ਤਰ੍ਹਾਂ ਪਰਿਵਾਰ ਦੇ ਪਰਦੇ ਢੱਕਣੇ ਲਾਜਪਤ ਰੱਖਣੀ ਸਮੂਹ ਸੰਗਤਾਂ ਵੱਲੋਂ ਮਾਇਆ ਭੇਟਾ ਕੀਤੀ ਗਈ ਇਹ ਪ੍ਰਵਾਨ ਕਰਨੀ ਸਤਿਗੁਰੂ ਜੀ ਆਪ ਜੀ ਦੇ ਬਖਸ਼ਿਸ਼ ਕੀਤੀਆਂ ਹੋਇਆਂ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਏ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਹੁਣੇ ਆਪ ਜੀ ਫਰਮਾਨ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਦੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਹੋਏ ਸਭ ਮਿਲੇਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ Yeah.
ताकि निर्मल रीत रहाव मात पिता बनता सुत बंधक इष्ट नियर पाई पूर्व जन्म के बिने संजोगी अंत है को ना सहाई मुकद मान कनक लाल हीरा मनोरंजन की माया आहा करत विहानी अवतारे काम है संतोष ना पाया संग ना चालियो इन मैं कछु है ऊट सिधायो नांगा माता जगिंदर कौर जी जिन्हों का कुछ समा पहला जिस संसार तो चलाना चाहते थे उन्होंने जात के अंदर अपना आनंद देखे रखता जी माता जी धरती के और धामी जी के धरती जी और जैदा कृष्ण सिंह जी जुटा उन्होंने धर्म पत्नी उन्होंने संसार के विच लिया होना अपने परिवार को चंगी सेहत दे के ਬੜਾ ਜੀ ਅੱਗੇ ਪਹੁੰਚਾਉਣ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਅੱਜ ਯਾਦ ਦੇ ਵਿੱਚ ਆਪਾਂ ਬੈਠੇ ਮਾਤਾ ਦਾ ਪਿਆਰ ਇੱਕ ਐਸੀ ਚੀਜ਼ ਹੈ ਕਿ ਜੋ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ ਨਾਲੋਂ ਪਹਿਲੇ ਨੰਬਰ ਧਨ ਦੌਲਤ ਤੇ ਜੋ ਮਰਜ਼ੀ ਆਪਣੇ ਪ੍ਰਾਪਤ ਕਰ ਲਵੇ ਪਰ ਜਿੱਥੇ ਮਾਤਾ ਦਾ ਸਥਾਨ ਹੈ ਉਹ ਪੂਰਾ ਹੁੰਦਾ ਸੀ ਉਹਨਾਂ ਨੇ ਅੱਜ ਪਰਿਵਾਰ ਨੂੰ ਮਸ਼ਵਰਾ ਦੇ ਦਿੱਤਾ ਹੈ ਔਰ ਮਸ਼ਵਰਾ ਇੱਕ ਐਸੀ ਬਿਮਾਰੀ ਹੈ ਜਿਸਦਾ ਕਿਸੇ ਦੇ ਕੋਲ ਇਲਾਜ ਨਹੀਂ ਹੈ ਇਸ ਮਸ਼ਵਰੇ ਨੂੰ ਚੱਲਣਾ ਜਿੱਥੇ ਪਰਿਵਾਰ ਵਾਸਤੇ ਸਹਿ ਹੈ ਉੱਥੇ ਸਭੇ ਸੰਬੰਧੀਆਂ ਰਿਸ਼ਤੇਦਾਰਾਂ ਵਾਸਤੇ ਵੀ ਇੱਕ ਗਹਿਰਾ ਦੁੱਖ ਲੈ ਕੇ ਆਇਆ ਇੱਥੇ ਪਰਮਾਤਮਾ ਹੈ ਵਾਹਿਗੁਰੂ ਕਿਰਪਾ ਕਰ ਦੇਵੇ ਉਸ ਪਰਿਵਾਰ ਦੇ ਉਹਨਾਂ ਰਿਸ਼ਤੇਦਾਰਾਂ ਦੇ ਉਹਨਾਂ ਭੈਣ ਭਰਾਵਾਂ ਦੇ ਇਹ ਦੁੱਖ ਜਿਹੜਾ ਹੈ ਇਹ ਉਸ ਸਮੇਂ ਲਈ ਕੱਟ ਸਕਦਾ ਹੈ ਔਰ ਸਹਿਜੇ ਸਹਿਜੇ ਇਸ ਨੂੰ ਮਿਟਾਇਆ ਵੀ ਜਾ ਸਕਦਾ ਇਸ ਵਾਸਤੇ ਆਪਾਂ ਅੱਜ ਉਹਨਾਂ ਦੀ ਯਾਦ ਨੂੰ ਮਨਾਉਣ ਵਾਸਤੇ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਆਏ ਨੇ ਬਾਹਰੋਂ ਸੱਜਣ ਆਏ ਨੇ ਉੱਥੇ ਸਾਡੇ ਹਲਕੇ ਦੇ MLA ਸਾਹਿਬ ਡਾਕਟਰ ਧਰਮਵੀਰ ਜੀ ਅਮਰਿੰਦਰ ਜੀ ਸਾਹਿਬ ਵੀ ਆਏ ਨੇ ਰਣਜੀਤ ਰਾਣਾ ਜੀ ਆਏ ਨੇ ਕਰਨ ਬੁਰਜ ਜੀ ਵੀ ਆਏ ਨੇ ਪ੍ਰਧਾਨ ਵੱਲੋਂ ਉਹਨਾਂ ਨੂੰ ਦਿਆਇਆ ਨੇ ਔਰ ਮੈਂ ਸਮੇਂ ਮੁਤਾਬਕ ਉਹਨਾਂ ਨੂੰ ਸਟੇਜ 'ਤੇ ਉਸ ਮਾਤਾ ਜੀ ਨੂੰ ਸ਼ਰਧਾ ਦੇ ਭੇਟ ਕਰਨ ਵਾਸਤੇ ਵੀ ਲਵਾਂਗਾ
सो मैं ज्यादा सुना ना, ना। मैं बेनती करा सामरे जी जसपाल जी उन्होंने प्यो आपके माता जी को श्रद्धा की पूर्ति कर और उन्होंने बाद रणजीत सिंह जी राणा जी क्या है वाहेगुरु जी का खालसा वाहेगुरु जी बीबी जगिंदर कौर जी ਸਰਦਾ ਦੇ ਪ੍ਰਪੇਟ ਕਰਨ ਵਾਲੇ ਆਏ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀ ਇਨਸਾਨ ਇਸ ਸਮਾਜ 'ਚ ਆਉਂਦਾ ਹੈ ਉਹ ਜਦੋਂ ਜਾਂਦਾ ਹੈ ਤੇ ਆਪਾਂ ਦੇਖਣਾ ਹੁੰਦਾ ਹੈ ਸਰਦਾ ਦਾ ਅਸਲ ਮਤਲਬ ਹੁੰਦਾ ਹੈ ਕਿ ਜੇ ਉਸ ਇਨਸਾਨ ਨਾਲ ਉਸ ਪਰਿਵਾਰ ਨਾਲ ਜਿਹੜੇ ਤੁਹਾਡੇ ਸੰਬੰਧ ਨੇ ਉਹ ਜੋ ਕੁਝ ਤੁਸੀਂ ਦੇਖਿਆ ਹੈ ਜੋ ਇਨਸਾਨ ਜਿਹੜਾ ਹੈ ਉਹ ਆਪਣੇ ਲਈ ਜੀ ਕੇ ਗਿਆ ਹੈ ਪਰਿਵਾਰ ਲਈ ਗਿਆ ਹੈ ਜਾਂ ਸਮਾਜ ਲਈ ਕੁਝ ਕਰਕੇ ਗਿਆ ਜਦੋਂ ਬੀਬੀ ਜਗਿੰਦਰ ਕੌਰ ਜੀ ਨੂੰ ਆਪਾਂ ਅੱਜ ਸਰਦਾ ਦੇ ਉੱਪਰ ਭੇਟ ਕਰਾਂਗੇ ਤੇ ਜੋ ਉਹਨਾਂ ਨੇ ਇੱਥੇ ਕੀਤਾ ਹੈ ਉਹਦੇ ਵਾਸਤੇ ਸਾਨੂੰ ਉਹਨਾਂ ਦੇ ਪਰਿਵਾਰ ਜਿਹੜਾ ਪਰਿਵਾਰ ਦਾ ਪਿਛੋਕੜ ਹੈ ਥੋੜ੍ਹਾ ਜਿਹਾ ਉਹਦੇ ਵੱਲ ਝਾਤ ਮਾਰਨੀ ਪਵੇਗੀ। ਬੀਬੀ ਜਗਿੰਦਰ ਕੌਰ ਜੀ ਸਾਡੇ ਇਲਾਕੇ ਜਾਂ ਪਿੰਡ ਵਿੱਚ ਸਰਦਾਰ ਜਸਵੀਰ ਸਿੰਘ ਜੀ ਜਿਹੜੇ ਇਹ ਪਰਿਵਾਰ ਰੱਖਿਆ ਕਰਕੇ ਮਸ਼ਹੂਰ ਸੀ ਔਰ ਇਹ ਪਰਿਵਾਰ ਉਸ ਵੇਲੇ ਜਦੋਂ ਕਿ ਅੱਜ ਦੇ ਉਹ ਹਾਲਤਾਂ ਨਹੀਂ ਅੱਜ ਕਾਫੀ ਹਾਲਤਾਂ ਲੋਕਾਂ ਦੀਆਂ ਚੰਗੀਆਂ ਨੇ ਪਰ ਜੇ ਅੱਜ ਤੋਂ ਆਪਾਂ 30-35 ਸਾਲ 40 ਸਾਲ ਪਿੱਛਾ ਚਲਾਈਏ ਤੇ ਲੋਕਾਂ ਦੀਆਂ ਅਸੀਂ ਦੇਖਿਆ ਹੈ ਪਿੰਡ ਵਿੱਚ ਕਿਉਂਕਿ ਸਾਡੇ ਪੱਤੀ ਦੇ ਵਿੱਚੋਂ ਵੰਡ ਸੀ ਸਾਨੂੰ ਪਤਾ ਸੀ ਬਹੁਤ ਸਾਰੇ ਜਿਹੜੇ ਪਰਿਵਾਰ ਸੀ ਉਹਨਾਂ ਦੀ ਜੇ ਆਪਣਾ ਜੋ ਵੀ ਜੋ ਵਾਹੀ ਕਰਦਾ ਕਿਸਾਨ ਅਤੇ ਉਹ ਸੌਰ ਭਾਦਰ ਦੇ ਵਿੱਚ ਵੀ ਉਹਨਾਂ ਦੇ ਕਣਕ ਮੁੱਕ ਜਾਂਦੀ ਸੀ ਹਾਲਤ ਜਦੋਂ ਚਾਲ ਚੱਲਦਾ ਸੀ ਮਾੜੀ ਹਾਲਤ ਹੁੰਦੀ ਸੀ ਅਤੇ ਲੋਕ ਜਿਹੜੇ ਸੀ ਉਹ ਆਲੇ ਦੁਆਲੇ ਉਹ ਗੁਆਂਢੀ ਜਾਂ ਉਹਨਾਂ ਦੀ ਮਦਦ ਕਰਦੇ ਸੀ ਅਤੇ ਅਸੀਂ ਦੇਖਦੇ ਰਹੇ ਹਾਂ ਕਿ ਬੀਬੀ ਜਗਿੰਦਰ ਕੌਰ ਦਾ ਜਿਹੜਾ ਪਰਿਵਾਰ ਸੀ ਇਹ ਉਸ ਵੇਲੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ ਔਰ ਬਹੁਤ ਰਹਿੰਦੇ ਔਰ ਲੋਕਾਂ ਦਾ ਜਿਹੜਾ ਕਿਸੇ ਦਾ ਵੀ ਦੁੱਖ ਹੁੰਦਾ ਸੀ ਕਿਸੇ ਦੀ ਵੀ ਗਲਤੀ ਹੁੰਦੀ ਸੀ ਇਹ ਆਸ ਵੈਰ ਵਾਲਾ ਪਰਿਵਾਰ ਸੀ ਔਰ ਜਿਹਨੂੰ ਕਿਤੋਂ ਕੋਈ ਆਦਮੀ ਝੀਲੀ ਜਿਹੜੇ ਪਰਿਵਾਰ ਤੋਂ ਚਲਿਆ ਜਾਂਦਾ ਸੀ ਇਸ ਪਰਿਵਾਰ ਦੇ ਵਿੱਚ ਜਿਹੜੀਆਂ ਕਿਉਂਕਿ ਇੱਕ ਇਸ ਪਰਿਵਾਰ ਦੇ ਵਿੱਚ ਆਦਮੀਆਂ ਦੀ ਘਾਟ ਸੀ ਕਿਉਂਕਿ ਜਸਵੀਰ ਸਿੰਘ ਅਤੇ ਜੀ ਉਹਨਾਂ ਦੀ ਭੈਣ ਹੋਈ ਸੀ ਬਾਕੀ ਸਾਡੇ ਤੋਂ ਪਹਿਲਾਂ ਜਿਹੜੇ ਗੱਲ ਵਿੱਚ ਸੀ ਔਰ ਦੋ ਇਹਨਾਂ ਦੀਆਂ ਮਾਤਾ ਸੀ ਔਰ ਉਹਨਾਂ ਨੂੰ ਕੋਈ ਵੀ ਚਲਿਆ ਜਾਂਦਾ ਸੀ ਤੇ ਉਹ ਖਾਲੀ ਹੱਥ ਨਹੀਂ ਬੁੜਦਾ ਕਹਿੰਦੇ ਆ ਵੀ ਆਦਮੀ ਜਾਂ ਪਰਿਵਾਰ ਦੇ ਵਿੱਚ ਜਿਹੜੀ ਪਛਾਣ ਆ ਉਹ ਇਸ ਤਰ੍ਹਾਂ ਤੋਂ ਦੇਖੀ ਜਾਂਦੀ ਆ ਭਾਈ ਜਿਹੜੇ ਉਹਨਾਂ ਦੇ ਸੱਤੇ ਸੁਨੇਹੀ ਲਾਗੇ ਹੁਣ ਉਹਨਾਂ ਨੂੰ ਕੋਈ ਆਸ ਹੋਵੇ ਤੇ ਦੁਸ਼ਮਣ ਨੂੰ ਪਾਇਆ ਹੋਵੇ ਸੋਈਓ ਇਹ ਬੀਬੀ ਜਗਿੰਦਰ ਕੌਰ ਜਦੋਂ ਇਸ ਪਰਿਵਾਰ 'ਚ ਆਈ ਤਾਂ ਇਸ ਪਰਿਵਾਰ ਦੇ ਨੂੰ ਮਤਲਬ ਘਰ ਜਿਹੜਾ ਸੀ ਉਸ ਦਿਨ ਤੋਂ ਹੀ ਮੈਂ ਸੱਭਿਆ ਉਹਦਾ ਸਰਦਾਰ ਜਗਵੀਰ ਸਿੰਘ ਦਾ ਅਤੇ ਉਹਨੇ ਸਾਥ ਦਿੱਤਾ ਕਿ ਜਿਹੜਾ ਪਰਿਵਾਰ ਕਿਸੇ ਵੇਲੇ ਘਰ ਕਿਸੇ ਬੰਦਿਆਂ ਦੀ ਘਾਟ ਸੀ ਉਹ ਬੰਦਿਆਂ ਦੀ ਘਾਟ ਵੀ ਪੂਰੀ ਹੋਈ ਔਰ ਇਹ ਉੱਚ ਬੁਲੰਦੀਆਂ 'ਤੇ ਗਿਆ ਔਰ ਉਹਨਾਂ ਪਰਿਵਾਰਾਂ 'ਚੋਂ ਲੰਘ ਕੇ ਇੱਥੇ ਮਿਲਿਆ ਜਾਂਦਾ ਸਿਆਸਤ ਦੇ ਵਿੱਚੋਂ ਜਾਂ ਸਮਾਜ ਦੇ ਵਿੱਚੋਂ ਅਤੇ ਉਹਨਾਂ ਜਿਹੜੇ ਜਿਹੜੇ ਮੋਹਰੀ ਪਰਿਵਾਰ ਸੀ ਇਲਾਕੇ 'ਚ ਉਹਨਾਂ ਪਰਿਵਾਰਾਂ 'ਚੋਂ ਮਿਲਣਾ ਜ਼ਿਆਦਾ ਗਿਆ ਅਸੀਂ ਸਮਝਿਆ ਕਿ ਇਹਦਾ ਮੁੱਖ ਜਿਹੜਾ ਹੈਗਾ ਜਗਿੰਦਰ ਕੌਰ ਦਾ ਸੀ ਕੋਈ ਨਹੀਂ ਜੇ ਸਮਾਂ ਇਹੋ ਜਿਹਾ ਆਇਆ ਹਾਲਾਤ ਇਹੋ ਜਿਹੇ ਬਣੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਸੇਕ ਲੱਗਾ ਇਸ ਪਰਿਵਾਰ ਨੂੰ ਵੀ ਉਹਦਾ ਸੇਕ ਲੱਗਾ ਕਈ ਲੋਕ ਨੌਜਵਾਨ ਪੁੱਤਰ ਤੇ ਲੈ ਗਿਆ ਫਿਰ ਸਰਦਾਰ ਜਗਵੀਰ ਤੋਂ ਉੱਥੇ ਸੇਕ ਜਾ ਦੇ ਨਾਲ ਪੂਰੇ ਹੋ ਗਏ ਅਤੇ ਇਹ ਪਰਿਵਾਰ ਜਿਹੜਾ ਸੀ ਜਦੋਂ ਬੰਦਿਆਂ ਦੀ ਘਾਟ ਆਉਣੀ ਹੁੰਦੇ ਤਾਂ ਉਹ ਮਤਲਬ ਉਹ ਥੱਲੇ ਜਾਂਦਾ ਹੈ ਲੇਕਿਨ ਬੀਬੀ ਜਗਿੰਦਰ ਕੌਰ ਜੀ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ
इस परिवार से अपने पुत्रा से अपने पुत्रा से यहोजा हाथ रखा कि परिवार को थले से जान दिता और बड़ी सूझ बूझ के नाल चलाया। बहुत ही घट बिलाती हमें घर के बहुत जड़िया आत्मियां या प्रत्यक्ष कहते जाने तो बाद उस घर में संभाल सकन या अपने आप को कैद रख सकन। लेकिन बेटी जगिंदर कौर ने अपने आप ठीक रख के अपने बच्चों से अपने पोतिया से परिवार से हाथ रख के उस तरह ही जिस तरह पहला परिवार जरा समाज के सियासत के अगे बढ़िया से उस तरह फैल रखा। अज बीबी जगिंदर कौर जी साढ़े बिच नहीं लेकिन जी बिरत पा गए हैं जी एक राह दिखावा दे गए हैं कि किस तरह अपने जीवन साथी तो या नौजवान बेटे जाने तो बाद भी अपने परिवार को किस तरह जरा है वो कैम रखा जा सकता है कि इस तो सारा कुछ सीखने की जोड़ है। मैं बीबी जगिंदर कौर उन्होंने समाज देते सारे जमहूरी विधानसभा पंजाब वालों सदा के फुल पेश करता हाँ। वाहगुरू जी का खालसा वाहगुरू जी का कामरे जसपाल जी जिन्होंने माता जी के शंकर बेनती कर रणजीत सिंह जी राम को दौलत माता के हर शंकर कृपा करे साढ़े पालक सत्यदर सिंह जी को सबका सरपंच जी रतन सिंह जी के नौ सबका सरपंच जी इन्होंने रणजीत सिंह जी के समय घर करके इन्होंने समा नहीं मिल सकते फिर भी उन्होंने इतने अपने हाजिरी वाले किया है। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੋਦ ਵਿੱਚ ਬੈਠੇ ਸਾਡੇ ਹਲਕੇ ਦੇ MLA ਸਾਹਿਬ ਡਾਕਟਰ ਤਰਨਜੀਤ ਅਗਨੀਹੋਤਰੀ ਸਾਹਿਬ ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਢਿੱਲੋਂ ਜੀ ਚੋਕ ਜੀ ਬੁੱਲ ਸਾਹਿਬ ਪੱਤਰਕਾਰ ਸਾਹਿਬ ਸਾਰੀ ਟੀਮ ਚੀਮਾ ਬ੍ਰਦਰ ਔਰ ਝਬਾਲ ਤੋਂ ਸਾਰੇ ਹੀ ਮੇਰੇ ਵੀਰ ਇਲਾਕੇ ਤੋਂ ਸਾਰੀ ਟੀਮ ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਮਿਲ ਬੈਠ ਕੇ ਉਹਨਾਂ ਦਾ ਦੁਸਹਿਰਾ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹੈ। ਇਹ ਪਰਿਵਾਰ ਝਬਾਲ ਪਰਿਵਾਰ ਮੈਂ ਛੋਟੇ ਹੁੰਦਿਆਂ ਤੋਂ ਜਦੋਂ ਸਰਕਾਰ ਜੋ ਬਾਪੂ ਕਸ਼ਮੀਰ ਸਿੰਘ ਜੀ ਹੋਣੀ ਇਲੈਕਸ਼ਨਾਂ ਲੜਦੇ ਸੀ ਮੈਂ ਉਦੋਂ ਦੇਖਦਾ ਹੁੰਦਾ ਸੀ ਉਹਨਾਂ ਨੂੰ। ਬੜੇ ਚੜ੍ਹਦੀ ਕਲਾ ਵਾਲਾ ਪਰਿਵਾਰ ਔਰ ਇਸ ਪਰਿਵਾਰ ਨੇ ਜਦੋਂ ਹਾਲਾਤ ਮਾੜੇ ਹੋਏ ਉਦੋਂ ਬੜਾ ਸੰਤਾਪ ਚੱਲਿਆ। ਉਹ ਸੰਤਾਪ ਦੀ ਵਿੱਚੋਂ ਨਿਕਲਦੇ ਹੋਇਆ ਮਾਤਾ ਜੀ ਨੇ ਆਪਣੀ ਸਿਹਤ ਦਿੱਤੀ ਪਰਿਵਾਰ ਨੂੰ ਔਰ ਸਾਰਾ ਹੀ ਪਰਿਵਾਰ ਨੂੰ ਤਕਰੀਬਨ ਜਿਹਨਾਂ ਹਾਲਾਤਾਂ ਚੋਂ ਨਿਕਲੇ ਠੀਕ ਸਾਰਿਆਂ ਨੂੰ ਸੈੱਟ ਕੀਤਾ। ਸੋ ਜਿਹੜਾ ਮਾਂ ਸ਼ਬਦ ਹੈ ਉਹ ਇੱਕ ਬਹੁਤ ਹੀ ਇੱਕ ਰੱਬ ਦੇ ਨਿਆਈ ਸ਼ਬਦ ਆ ਮਾਂ ਜਿਹਦੇ ਨੇ ਕਿਹਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਦੇ ਰੱਬ ਦਾ ਨਾਮ ਦੁਨੀਆ ਵਾਲਿਓ। ਮਾਂ ਜਦੋਂ ਅਸੀਂ ਘਰੋਂ ਤੁਰਦੇ ਹਾਂ ਉਹ ਮਾਂ ਭਾਵੇਂ ਛੋਟੇ ਬੱਚੇ ਦੀ ਹੋਵੇ ਭਾਵੇਂ ਉਹ ਬਜ਼ੁਰਗ 80 ਸਾਲ ਜਾਂ 100 ਸਾਲ ਦੀ ਹੋਵੇ ਉਹ ਆਪਣੇ ਬੱਚਿਆਂ ਦਾ ਪੋਤਰੇ ਪੋਤਰੀਆਂ ਵਾਸਤੇ ਹਰ ਵਕਤ ਜਾਣ ਲੱਗਿਆਂ ਵੀ ਉਹਦੇ ਮੂੰਹ ਅਸੀਸ ਨਿਕਲਦੀ ਆ ਔਰ ਆਉਣ ਲੱਗਿਆਂ ਵੀ ਅਸੀਸ ਦਿੰਦੀ ਆ ਘਰ ਆਉਣ ਤੱਕ। ਜਦੋਂ ਤੱਕ ਅਸੀਂ ਬੱਚੇ ਘਰ ਨਹੀਂ ਚਲੇ ਜਾਂਦੇ ਉਦੋਂ ਤੱਕ ਮਾਂ ਦਾ ਜਿਹੜਾ ਕਲੇਜਾ ਉਹ ਧੜਕਦਾ। ਸੋ ਵਾਸਤੀ ਗੱਲ ਨਹੀਂ ਹੁੰਦੀ ਪਰ
कभी भी जी मां है वो मैं समझदा कि विछड़नी नहीं चाहिए, पर इतने कोई जोर नहीं लगता रब अगे। सो मैं अरदास करना सच्चे पातशाह अगे इस परिवार से मेहर भरिया अगे तो हाथ रखे हो। मैं अपने वालों अपने परिवार वालों और कांग्रेस पार्टी वालों माता जी शब्दों के पुट भेट करता होया सच्चे पातशाह अगे धन गुरु ग्रंथ साहब गुरु रामदास पातशाह अगे अरदास करना अगे तो ठंड वरतायो मेहर करो। वाहेगुरू जी का खालसा वाहेगुरू जी की फतेह। बैठी समुची साध संगत जी वाहेगुरु जी का खालसा श्री वाहेगुरु जी की फतेह। अज आप सारे माता जगिंदर कौर जी उन्होंने परिवार के नाल सारे ही हमदर्दी प्रकट करनी, उन्होंने दुख में शरीक होने वास्ते उन्होंने अंतम अरदास परमात्मा वाली अरदास बेनती करने वास्ते इकट्ठे हुए हैं। जे मैं माता जी के पिछोकड़ वाले जावा पिछले हिस्ट्री वाले जावा तो आप सारे जानते हैं कि एक वो परिवार आ जिन्हें हमेशा ही कुर्बानियां कीतिया ने, जिन्हें हमेशा ही अपने संताप हो गया है। पिछले समय के पिछले माड़े दौर के इस परिवार को जिया की बहुत बड़ी घाट पी। माता जी ने एक खालकू मुखी वागू अगे हो के सारे परिवार का पेट पालिया, सारे परिवार को इकट्ठिया करके लोगों सेवा करता, लोगों जाके चंगे काम करता, हमेशा ही उन्होंने उन्होंने बच्चों को प्रेरणा दी। उस लड़ी तक जो माता जी की चंकी सोच के मुताबिक माता जी की चंकी सोच के ही सदका सरदार गुरविंदर सिंह धनवीर से हैप्पी भी सा अपने परिवार के नाम सारे परिवार को लोगों के नाम रल करके सेवा करता चंगा परिवार इलाके नाम इन्हों सारे ही आप जानते हैं कि वधिया फैमिली जी किसी के काम आने वाला यह परिवार आ। जे मैं इस परिवार से आप देखे जाके पिछले समय तो धनवीर को एक बड़ी बड़ी हाथ लगी जिदे मैं माता जी के कोल गया। माता जी ने यह गल की आ कि यह परमात्मा की देन है, सोनू ये आप कुछ नहीं कर सके। मैं नहीं समझता कि इनिया सटा के बावजूद ही किसी माता के कोल या किसी दादी के कोल यह लफ्ज निकले हो कि नहीं तुम हौसला करो मैं चढ़ती कला या मैं थानू ही चढ़ती कला से देखना चाहनी हाँ। एक चंकी सोच सी साढ़े माता जी की जी एक परिवार को इतों तक लैके आई। मैं हैप्पी जी को भी बेनती करूंगा कि तू वड्डा होने के नाते जिस तरह माता जी ने सारे परिवार को एकत्र करके इलाके में चंकी थोड़ी पहचान बनाई, थानू नाम दिता, इस तरह ही तू जे मेरा बाकी परिवार है धनवीर या मेरा वीर बलविंदर सिंह या उन्होंने वे छोटे बच्चे ने उन्होंने नाम लैके जरूर इस परिवार को अगे लैके जाई। किदा ना हो एक चंकी लेडी जी इतों तक सेध देकर गई है जो थानू लोग आने वाले समय के लिए यह विचार कर कि अच्छ इन्हों के सिर से बजुर्ग नहीं लाए इन्होंने को परिवार को अगे नहीं लैके जाया गया या इस परिवार को ना लैके हक नहीं चल सकया। मैं गुरु महाराज बारे यही अरदास करूंगा कि सच्चे पातशाह उस माता को अपने चरणों से नवाज बख्शी, सारे परिवार को भाणा मतलब का बल बख्शी, अपने परिवार वालों अपने छोटे भाई वालों हैप्पी वीर को यही बेनती करूंगा कि तू उस तरह ही घर का मुखी बन के सारे परिवार को ना लैके चली। वाहेगुरु जी का खालसा श्री वाहेगुरु जी की फतेह। अशोक कुमार जी, अशोक कुमार जी दरबार सिंह जी भार, नीति कुमार मिट्टी भार और सरपंच जतेंद्र सिंह जी जसवाल वो भी माता जी श्रद्धा के सोच के चरणा की बधाई दवाई उन्होंने हम बेनती करा। सरदार करमवीर सिंह जी गुरजब जो हमारे माता जी कर उन्होंने बाद एम एल ए साहब जी आम
सारे वाहेगुरु जी मजूरी के सारे कतरोई सारे साथ संगत जो अज अपना माता जोगिंदर सिंह जी की आरती के शामिल हो रहे हैं और सारे जो पते की सान करिए वाहेगुरु जी का खालसा वाहेगुरु जी की फतेह। कुछ समय पहले जो माता जोगिंदर सिंह आपां नूं विछोड़ा दे गए उन्होंने उस परिवार चो कश्मीर सिंह जी के परिवार चो ही जो इस पूरे हल्के काफ़ी मनिया मनिया परिवार है। इस परिवार के नाल परिवार की काफ़ी सांझ रही है। मेरे दादा जी तो लैके सतारजीत सिंह गुरश तो लैके मेरे फादर जसवीर सिंह गुरश सारे की बड़ी सांझ रही है इस परिवार के नाल नेड़ता रही है साथ इस परिवार के नाल ते अज इस गुरु की घड़ी के असी सारे इन्होंने नाल हैं। कुछ समा पहले कामरेड साहब ने मेरे भी गाने ने मेरे भरा सोनू ने जो परिवार बारे दसिया मैं बहुता समा तो नहीं लेना चाहूँगा लेकिन अरदास करना है कि आप सारे जन वाहेगुरु जी के अगर अरदास करिए कि माता जी को अपने चरणों स्थान दे ते परिवार को ते भाणा मनण का बल बख्शन। मैं अपने वालों ते अपने परिवार वालों ते पार्टी वालों माता जी को सदा दे कुर्बानी करांगा। वाहेगुरु जी का खालसा वाहेगुरु जी श्री गुरु ग्रंथ साहब जी पितर गोद बैठी जन सत जी वाहगुरु जी का खालसा वाहगुरु जी की फतेह। अज असे माता जोगिंदर कौर जी की अंतर अरदास अकसर होकर उन्होंने श्रद्धा के फुल भेट कर ले बीबी वीरल जी गुरुद्वारे पहुंचे हैं। आप सारे जानते हैं कि यह परिवार बहुत ही गुरु का काम करने वाला सरदार कश्मीर सिंह जी है मेरे दादा जी के लेकर बहुत लंबा समा इस गुरुद्वारा प्रबंधक कमेटी के मैंबर है प्रधान है और उन्होंने लगन के नाल जिसे समाज की सेवा की उसे घर सुखाना की सेवा की। मैं समझा भी उस फल का ही वाहगुरु ने इन्होंने फल दिता कि इन्होंने इस इलाके बहुत तरक्की की। माता जोगिंदर कौर जी के पुत्र सरदार भुपिंदर सिंह जी इन्होंने पहले देहांत हो चुका है और एक इन्होंने बचे का देहांत होने माता जी बहुत मुश्किल होता वा परिवार को पालना इकट्ठे होकर करना पर मैं समझा कि उन्होंने हिम्मत हैगी और उन्होंने हैप्पी अंदर की माता कृपा आप देखते थे अपने परिवारों के भी जो बच्चे होंगे ने उन्होंने नालों मां नालों ज्यादा प्यार होती दादी का होता मां बाप किसी ने झिड़क भी दे पर दादी झिड़क से नहीं दादी के कोल दर्जा पाती है वो ज्यादा प्यार करती है और बच्चे भी अपनी माता नालों जो बोलते होंगे ने दादे दादी ज्यादा प्यार करते अपने सारे परिवार से आज मैं समझा कि उन्होंने राम लाल मेरे हैप्पी वीर तनपीर और बलविंदर बहुत ही घाटा पाया और ना पूरा और हमेशा ही इन्होंने जो माता का साया प्रथम से भी ना करे पर संसार के नारी ने जाना और माता जी रणजीत सिंह जी के गवाए ने मोहन दीमा जी बैठे ने दिल्ली सूर जी सारे बहुत ही काम से सारे वर्कर बैठे ने अपने वालों कांग्रेस पार्टी वालों माता जी को श्रद्धा से फूल भेंट करना विधायक जी अरदास करना कि इन्होंने बच्चों को शक्ति देवे ये दुख भी सह सकन और उन्होंने पूजने करके समाज की सेवा कर सकन। वाहगुरु जी का खालसा वाहगुरु जी की फतेह। सारी आइए संगत हुई है जिन्होंने आपके परिवार के नाम को साझा करने का यत्न किया है उन्होंने धन्यवाद और बेनती है कि जेल लैन तो बाद सारी संगत बेनती है
ਪ੍ਰਸ਼ਾਦਾ ਛੱਡ ਕੇ ਬ੍ਰਿਧ ਚੀਜ਼ਾਂ ਨੂੰ ਪ੍ਰਕਾਸ਼ਾ ਕਰਨੀ ਸੀ। ਸੋ ਆਈ ਸਾਰੀ ਸੰਗਤ ਨੂੰ ਜੀ ਆਇਆਂ ਧੰਨਵਾਦ। ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੁਹਾਨੂੰ ਤਾਰਾ ਜਿਹੜਾ ਲਾਹ ਮੇਰੇ ਲੱਗਿਆ ਹੋਇਆ।